ਬਿਸਮਿਲ੍ਲਾਹਿ ਰਹਿਮਾਨ ਰਹੀਮ। ਅਸਲਾਮ ਅਲੈਕੁਮ ਜੀ। ਉਮੀਦ ਕਰਦਾ ਜੀ ਸਾਰੇ ਦੋਸਤ ਬਿਲਕੁਲ ਠੀਕ ਹੋਣਗੇ ਜੀ। ਮੈਂ ਸਾਰੇ ਦੋਸਤਾਂ ਨੂੰ ਆਪਣੇ ਨਵੇਂ ਵਲੌਗ ਦੇ ਵਿੱਚ ਵੈਲਕਮ ਕਰਦਾ ਜੀ। ਅੱਜ ਦਾ ਜਿਹੜਾ ਵਲੌਗ ਹੈ ਜੀ ਉਹ ਕ੍ਰਿਕਟ ਦੇ ਮੈਚ ਦੇ ਉੱਤੇ ਹੋਏਗਾ। ਸਾਡੇ ਇੱਥੇ ਲਾਗੇ ਪਿੰਡ ਆ ਜੀ 243 ਕਲਿਆਣਪੁਰ, ਉੱਥੇ 2 ਆਲ ਪਾਕਿਸਤਾਨ ਕ੍ਰਿਕਟ ਟੂਰਨਾਮੈਂਟ ਹੋ ਰਿਹਾ ਅਤੇ ਮੈਂ ਸੋਚਿਆ ਜੀ ਕਿਉਂ ਨਾ ਆਪਣੇ ਦੋਸਤਾਂ ਨੂੰ ਵੀ ਮੈਚ ਦਿਖਾਈਏ ਆਪਣਾ। ਅਤੇ ਵੱਡੇ ਵੱਡੇ ਆਲ ਪਾਕਿਸਤਾਨ ਓਪਨ ਜਿਹੜੇ ਆ ਜੀ ਉੱਥੇ ਆ ਰਹੇ ਨੇ, ਇਨਸ਼ਾਅੱਲਾ ਤੁਹਾਨੂੰ ਅਸੀਂ ਲਾਈਵ ਵੀ ਦਿਖਾਵਾਂਗੇ, ਖੁਦ ਵੀ ਖੇਲਾਂਗੇ ਨਾਲ ਤੁਹਾਨੂੰ ਵੀ ਅਸੀਂ ਦਿਖਾਵਾਂਗੇ ਜੀ। ਇਸ ਟਾਈਮ ਜੀ ਅਸੀਂ 243 ਕਲਿਆਣਪੁਰ ਦੇ ਗਰਾਊਂਡ ਦੇ ਵਿੱਚ ਪਹੁੰਚ ਚੁੱਕੇ ਹਾਂ ਜੀ। ਗਰਾਊਂਡ ਮਾਸ਼ਾਅੱਲਾ ਕਾਫੀ ਜ਼ਿਆਦਾ ਖੂਬਸੂਰਤ ਆ, ਫੁੱਲ ਗ੍ਰਾਸੀ ਗਰਾਊਂਡ ਆ। ਅੱਜ ਦਾ ਜਿਹੜਾ ਸਾਡਾ ਪਹਿਲਾ ਮੈਚ ਆ ਜੀ ਉਹ ਨਾਲ ਹੀ ਪਿੰਡ ਆ ਮੁਰੀਦ ਵਾਲਾ, ਉਹਦੇ ਨਾਲ ਖੇਲਿਆ ਜਾਏਗਾ। ਮੁਰੀਦ ਵਾਲੇ ਵੱਲੋਂ ਓਪਨ ਨੁਮਾਇੰਦਗੀ ਕਰ ਰਹੇ ਨੇ ਮੈਰੀ ਬੱਟ ਫੈਸਲਾਬਾਦ ਅਤੇ ਨਾਲ ਉਮਰੀ ਉਕਾੜਾ। ਸਾਡੇ ਵੱਲੋਂ ਓਪਨ ਨੁਮਾਇੰਦਗੀ ਕਰ ਰਹੇ ਨੇ ਹਸਨ ਪਿੰਡਾ ਅਤੇ ਨਾਲ ਤਨਵੀਰ ਉਕਾੜਾ। ਆ ਗਿਆ ਬੜਾ ਮੈਚ, ਆ ਗਿਆ ਹਸਨ ਪਿੰਡਾ, ਆਇਆ ਹੀ ਮੈਰ ਬੱਟ ਫੈਸਲਾਬਾਦ ਸਾਹਮਣੇ ਹਸਨ ਪਿੰਡਾ ਸ਼ਾਟ, ਪਹਿਲੀ ਬਾਲ ਪਹਿਲਾ ਛੱਕਾ। 100+ ਵਿਵਰ ਚਾਹੀਏ ਇਸ ਮੈਚ ਮੇ। ਅਮਰਪ੍ਰੀਤ ਸਰ ਵੰਸ ਸੈਕਿੰਡ, ਅਗਲਾ ਬਾਲ ਸ਼ਾਟ, ਚੈਲੰਜ, ਦੂਸਰਾ ਛੱਕਾ ਆ ਗਿਆ। ਕੀਪ ਸ਼ੇਅਰਿੰਗ ਦੀ ਸਟੂਡੀਓ ਸ਼ਾਟ ਐਂਡ ਅਦਰ ਸਿਕਸ, 3 ਸਿਕਸਸ। ਮੈਚ ਹੈ, ਬਿਗ ਮੈਚ ਹੈ। ਅਗਲਾ ਬਾਲ ਮੌਸਮ, ਆ ਐਚ ਕਾਟ ਦੀ ਐਂਡ, ਓ ਵਾਟ ਅ ਬੈਟ, ਵਾਟ ਅ ਕੈਚ, ਓ ਬੈਟ ਇਨ ਸਟੂਡੀਓ, ਹੈ ਵੀ ਗੋ ਸ਼ਾਟ, ਬੇਸਟ ਸ਼ਾਟ, 6 ਰਨ ਸੇ ਦੋ ਬਾਲ ਇਸ ਵਾਰ, ਸਾਥ ਮੇਂ ਬਾਲ ਉਮਰਪ੍ਰੀਤ ਸਰ, ਹਸਨ ਪਿੰਡਾ ਔਨ ਸਟ੍ਰਾਈਕ, ਸ਼ੇਅਰਿੰਗ ਦੀ ਸਟੂਡੀਓ ਸ਼ਾਟ, ਸ਼ਾਟ ਰਨ ਅਗੇਨ, 6 ਰਨ ਸੋ ਆਇਆ ਹਸਨ ਪਿੰਡਾ, ਅੱਛਾ ਆਇਆ ਹਸਨ ਪਿੰਡਾ, ਨਿਸ਼ਾਨ ਸੇ ਉਮਰਪ੍ਰੀਤ ਸਰ ਵਰਸਸ ਪਿੰਡਾ, ਹੈ ਵੀ ਗੋ ਸ਼ਾਟ, 6 ਰਨ ਆਏਗੇ, ਆਇਆ ਹਸਨ ਪਿੰਡਾ ਹਸਨ ਪਿੰਡਾ ਅਗੇਨ ਸ਼ਾਟ, ਸ਼ਾਟ 6 ਰਨ ਮਾਰ ਦਿੱਤੀ ਮਾਰ ਹਸਨ ਪਿੰਡਾ, ਪਾਰ ਪਹਿਲੀ ਬਾਲ ਪਹਿਲਾ ਸਿਕਸ, ਪਹਿਲੀ ਬਾਲ ਪਹਿਲਾ ਵਿਕਟ, ਕੈਚ, ਵਾਓ ਬਹੁਤ ਅੱਛਾ ਕੈਚ ਕੀਆ ਤਨਵੀਰ, ਬਾਲ ਤਨਵੀਰ ਅਕਾੜਾ, ਚਲੋ ਜੀ ਟੌਚ ਸ਼ਾਟ, ਪਹਿਲਾ ਸਿਕਸ, ਨੈਕਸਟ ਬਾਲ ਕਰੇਗਾ ਵਨ ਸੈਕਿੰਡ, ਜੀ ਸਰ ਹੁਕਮ, ਤੀਨ ਬਾਲ ਫੀਲਡਰ ਮੌਜੂਦ, ਮੋਹਿਤ ਗੁੱਜਰ, ਯੇ ਬਾਲ ਕਰਨਾ ਹੋਗਾ ਮੋਹਿਤ ਗੁੱਜਰ ਕੋ, ਸ਼ਾਟ ਲੇਕਿਨ ਯਹਾਂ ਪਰ ਮੈਚ ਖਤਮ, ਏਕ ਬਾਲ 15 ਰਨਸ, ਓ ਮਾਈ ਗੁੱਡਨੈਸ, ਵਿਨ ਦਾ ਮੈਚ। ਪਹਿਲਾ ਮੈਚ ਜੀ ਅਸੀਂ ਮਾਸ਼ਾਅੱਲਾ ਬਹੁਤ ਹੀ ਈਜ਼ੀ ਵਿਨ ਕੀਤਾ, 5 ਓਵਰਾਂ ਦੇ ਵਿੱਚ 109 ਰਨ ਦਾ ਟਾਰਗੇਟ ਦਿੱਤਾ ਸੀਗਾ, ਜਿਹੜਾ ਅਸੀਂ 15 ਰਨਾਂ ਤੋਂ ਮੈਚ ਵਿਨ ਕੀਤਾ। ਹੁਣ ਸਾਡਾ ਜਿਹੜਾ ਅਗਲਾ ਮੈਚ ਉਹ 160 ਕਾਲੇ ਕੀ ਨਾਲ ਨਿਕਲਿਆ, ਜਿਹੜੀ ਇਸ ਇਲਾਕੇ ਦੀ ਬਹੁਤ ਹੀ ਅੱਛੀ ਟੀਮ ਆ। ਤੁਹਾਨੂੰ ਅਸੀਂ ਇਹ ਵੀ ਮੈਚ ਲਾਈਵ ਇੰਜੋਏ ਕਰਵਾਉਂਦੇ ਹਾਂ। ਵਨਸ ਅਗੇਨ ਅਗਲਾ ਬਾਲ, ਹੈ ਵੀ ਗੋ, ਅਗਲਾ ਬਾਲ ਕਰਨਗੇ ਬਿਲਾਲ, ਸ਼ਾਟ,
नो बॉल बिलाल काले की फ्रीट में लग गया सर बेटा को शॉट इस बार फील्डर नीचे है लेकिन रन अगेन नेक्स्ट बॉल के साथ बिलाल शॉट 36 रन आया हसन पेंडा काले की सामना करेंगे बिलाल वंस अगेन पेंडा क्रिकेट टच हुए शाम को अहमद हसन है में शॉट पहला बॉल डॉट यहाँ पर बॉल नंबर टू आचेज भी शॉट रन जाएंगे छह बेहतरीन शॉट अली बस अगेन बॉल नंबर थ्री आचेज भी शॉट लेकिन रन अगेन छह मारो डिप्टी मार Once again, shot! What a hit! Straight shot, runs che. Score ye chakka. Pehla chakka penda. Agla ball, Wajid lefty. Aur ye behtareen shot. Helicopter shot. Bahut hi behtareen shot. What a shot! Sabhi final match hai. लेकिन फिर अभी तीन बॉलों पर लास्ट बॉल अभी तक 23 रन बॉल शॉट 6 रन और ये एक और करेंगे हसन पेंडा शेयरिंग स्टूडियो बेहतरीन शॉट और ये कैच हसन पेंडा कैच मैच मैच आउट हसन पेंडा आउट द नेक्स्ट डे कल जी ਅਸੀਂ ਜਿਹੜਾ ਟੂਰਨਾਮੈਂਟ ਦਾ ਸੈਮੀ ਫਾਈਨਲ ਮੈਚ ਸੀਗਾ ਉਸ ਵੀ ਲੂਜ਼ ਕਰ ਗਏ ਸੀਗੇ 4 ਓਵਰ ਦੇ ਵਿੱਚ 91 ਰਨ ਦਾ ਸਾਨੂੰ ਟਾਰਗੇਟ ਮਿਲਿਆ ਸੀਗਾ ਜਿਹੜਾ ਅਸੀਂ 6 ਰਨਾਂ ਤੋਂ ਮੈਚ ਹਾਰ ਗਏ ਆ 91 ਰਨ ਹੀ ਸਾਡੇ ਕੋਲ ਹੋ ਸਕੇ ਹਸਨ ਪੇਂਡਾ ਸਾਡੀ ਟੀਮ ਵੱਲੋਂ ਖੇਡੇ ਸੀਗੇ ਉਹਨਾਂ ਨੇ ਪੂਰੇ ਟੂਰਨਾਮੈਂਟ 'ਚ ਬੜੀ ਜ਼ਬਰਦਸਤ ਬੈਟਿੰਗ ਕੀਤੀ ਹੈ ਸੈਮੀਫਾਈਨਲ ਮੈਚ ਦੇ ਵਿੱਚ ਵੀ ਬੜੀ ਅੱਛੀ ਬੈਟਿੰਗ ਕਰ ਰਹੇ ਸੀਗੇ ਲੇਕਿਨ 30 ਓਵਰ ਦੀ ਕੁਝ ਉੱਥੀ 5ਵੀਂ ਗੇਂਦ 'ਤੇ ਉਹਨਾਂ ਦਾ ਕੈਚ ਹੋਇਆ ਉਸ ਤੋਂ ਬਾਅਦ ਜੀ ਜਿਹੜੀਆਂ ਰਨਾਂ ਉਹ ਨਹੀਂ ਬਣ ਸਕੀਆਂ ਇਹ ਬਿਲਕੁਲ ਛੋਟਾ ਜਿਹਾ ਵਲੋਗ ਅਗਰ ਤੁਹਾਨੂੰ ਮੇਰਾ ਚੈਨਲ ਵਲੋਗ ਪਸੰਦ ਆਉਂਦਾ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਲਾਜ਼ਮੀ ਕਰ ਦਿਓ ਅਤੇ ਨਾਲ ਇਸ ਵੀਡੀਓ ਨੂੰ ਲਾਈਕ ਵੀ ਕਰ ਦਿਓ ਜੀ